ਪ੍ਰਾਈਮੂਸ਼ਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਰਸਿਮਰਨ ਕੌਰ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਤੇ ਰੋਸਦੀ ਤਰ੍ਹਾਂ ਸਾਡੇ ਨਾਲ ਖਬਰਾਂ ਤੇ ਚਰਚਾ ਕਰਨ ਦੇ ਲਈ ਹੋਣਗੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਪੰਨੂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਹਰਸਿਮਰ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਹਾਲੀ ਦੇ ਵਿੱਚ ਪੰਜਾਬ ਦੇ ਨਵੇਂ ਗਵਰਨਰ ਗੁਲਾਬਚੰਦ ਕਟਾਰੀਆ ਹੋਰਾਂ ਨੇ ਆਪਣਾ ਅਹੁਦਾ ਬਤੌਰ ਪੰਜਾਬ ਗਵਰਨਰ ਸੰਭਾਲਿਆ ਹੈ ਤੇ ਹੁਣ ਕਹਿੰਦੇ ਉਹਨਾਂ ਨੇ ਜਿਹੜੇ ਸਰਹੱਦੀ ਦੌਰੇ ਪਹਿਲਾਂ ਵਾਲੇ ਗਵਰਨਰ ਸਾਹਿਬ ਕਰਿਆ ਕਰਦੇ ਸਨ ਉਹੀ ਉਹ ਸਰਹੱਦੀ ਦੌਰੇ ਹੁਣ ਉਹਨਾਂ ਨੇ ਸ਼ੁਰੂ ਕਰਨੇ ਨੇ ਤੁਹਾਨੂੰ ਸਾਹਿਬ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਅਰ ਸਿਮਰਤ ਜੀ ਗੱਲ ਇਹ ਆ ਕਿ ਜਦੋਂ ਇਹ ਨਵੇਂ ਗਵਰਨਰ ਸਾਹਿਬ ਆਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਸੀ ਸਾਡੇ ਚੰਗੇ ਸਬੰਧ ਆ ਭਗਵੰਤ ਮਾਨ ਪਹਿਲਾਂ ਪਾਰਲੀਮੈਂਟ 'ਚ ਰਹਿ ਚੁੱਕੇ ਆ 2014 ਤੋਂ ਲੈ ਕੇ 2022 ਤੱਕ 8 ਸਾਲ ਉਹ ਕਹਿੰਦੇ ਸਾਡੇ ਚੰਗੇ ਸਬੰਧ ਤੇ ਉਹ ਸਬੰਧ ਚੰਗੇ ਹੀ ਰਹਿਣਗੇ ਫਿਰ ਇਹ ਜਿਸ ਦਿਨ ਅੰਮ੍ਰਿਤਸਰ ਗਏ ਕੋ ਹੈਲੀਕਾਪਟਰ ਤੇ ਸ਼ਾਇਦ ਗਏ ਸਨ ਉੱਥੇ ਦਰਬਾਰ ਸਾਹਿਬ ਮੱਥਾ ਟੇਕਣ ਵੀ ਇਕੱਠੇ ਗਏ ਬਾਹਰ মিডিਆ ਵੱੜਾ ਨੇ ਸਵਾਲ ਬੜੇ ਪੁੱਛੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹੋ ਆਖਿਆ ਤੁਸੀਂ ਇਹੋ ਜੇ ਮੌਕੇ ਮੇਰੇ ਤੋਂ ਕੰਟਰੋਵਰਸਲ ਸਵਾਲ ਪੁੱਛ ਕੇ ਕੁਝ ਅਖਵਾਉਣਾ ਚਾਹੁੰਦੇ ਹੋ ਮੈਂ ਕੁਝ ਨਹੀਂ ਆਖਾਂਗਾ ਸਾਡੇ ਸਬੰਧ ਠੀਕ ਠਾਕ ਤੁਹਾਨੂੰ ਦਿਸਦਾ ਨਹੀਂ ਕੋਈ ਗੱਲ ਨਹੀਂ ਸੀ ਹੁਣ ਵੀ ਅਜੇ ਤੱਕ ਸੁੱਖ ਸਾਹ ਦੀ ਹੈ ਕਿਸੇ ਕਿਸਮ ਦੀ ਗੱਲ ਨਾ ਮੁੱਖ ਮੰਤਰੀ ਵਾਲੇ ਪਾਸੇ ਤੋਂ ਨਾ ਗਵਰਨਰ ਸਾਹਿਬ ਵਾਲੇ ਪਾਸੇ ਤੋਂ ਇਹੋ ਜਿਹਾ ਮਾਹੌਲ ਵਿੱਚ ਆ ਖਬਰ ਇੱਕਦਮ ਆਈ ਹੈ ਕਿ ਗਵਰਨਰ ਸਾਹਿਬ ਬਾਰਡਰ ਦੇ ਇਲਾਕਿਆਂ ਦਾ ਦੌਰਾ ਕਰਨਗੇ ਜੀ ਜੇ ਤੇ ਦੌਰਾ ਸਹਿਮਤੀ ਨਾਲ ਹੁੰਦਾ ਤੇ ਕੋਈ ਮਾੜੀ ਗੱਲ ਨਹੀਂ ਹੋ ਸਕਦਾ ਕਿ ਮੁੱਖ ਮੰਤਰੀ ਨੇ ਆਖਿਆ ਹੋ ਜੀ ਤੁਸੀਂ ਦੌਰਾ ਕਰ ਹੀ ਆਓ ਕੋਈ ਗੱਲ ਨਹੀਂ ਐਡਾ ਕਿ ਹੌਨਣ ਲੱਗਾ ਪਰ ਦੂਸਰੇ ਪਾਸੋਂ ਇਹ ਹੈ ਕਿ ਪਿਛਲੇ ਗਵਰਨਰ ਸਾਹਿਬ ਦੇ ਦੌਰਿਆਂ ਕਰਕੇ ਵਾਦ ਦਾ ਬਤੰਗੜ ਬਣਦਾ ਰਿਹਾ ਤੇ ਉਹ ਆਪ ਖੁਦ ਵੀ ਇਦਾਂ ਦੀਆਂ ਗੱਲਾਂ ਕਰਦੇ ਰਹੇ ਕਿ ਹਰ ਗੱਲ 'ਚੋ ਇੱਕ ਹਰ ਰੋਜ਼ ਨਵਾਂ ਵਿਵਾਦ ਨਿਕੋਂਦਾ ਸੀ। ਉਹਨਾਂ ਨੇ ਪਿਛਲੇ ਸਮੇਂ 'ਚ ਕਈ ਕੰਮ ਇਹੋ ਜਿਹੇ ਵੀ ਕੀਤੇ ਜਿਨ੍ਹਾਂ ਨਾਲ ਵਿਵਾਦ ਬਦੋ-ਬਦੀ ਪੈਦਾ ਹੁੰਦੇ ਰਹੇ। ਇੱਕ ਵਿਵਾਦ ਇਸ ਗੱਲ ਤੋਂ ਵੀ ਪੈਦਾ ਹੋਇਆ ਸੀ ਕਿ ਉਹਨਾਂ ਨੇ ਮੁੱਖ ਮੰਤਰੀ ਦੀ ਸਿਫਾਰਿਸ਼ 'ਤੇ ਵਿਧਾਨ ਸਭਾ ਦਾ ਸਮਾਗਮ ਰੱਖ ਲਿਆ। ਜਦੋਂ ਸਾਰੇ ਐਮਐਲਏ ਰਾਤ ਨੂੰ ਉੱਥੇ ਪਹੁੰਚ ਗਏ ਸਿਰਫ ਨੇੜਲੇ ਇਲਾਕਿਆਂ ਵਾਲਿਆਂ ਨੇ ਸਵੇਰੇ ਆਉਣਾ ਸੀ ਤੇ ਗਵਰਨਰ ਸਾਹਿਬ ਨੇ ਸ਼ਾਮ ਨੂੰ ਸੁਨੇਹਾ ਭੇਜਦਾ ਇਹ اجلاس ਨਹੀਂ ਕਰਨ ਦੇਣਾ ਰੱਦ ਕੀਤਾ ਜਾਂਦਾ ਇਹ ਭੜਕੇ ਸੁਪਰੀਮ ਕੋਰਟ ਗੱਲ ਗਈ ਤੇ ਸੁਪਰੀਮ ਕੋਰਟ ਨੇ ਆਖਿਆ ਕਿ ਗਵਰਦਨ ਨੂੰ ਇਸ ਤਰ੍ਹਾਂ اجلاس ਰੋਕਣ ਦਾ ਕੋਈ ਹੱਕ ਨਹੀਂ ਮਨਜ਼ੂਰੀ ਦੇਵੇ اجلاس ਹੋਵੇਗਾ ਫਿਰ ਇੱਕ ਮੌਕਾ ਆਇਆ ਜਦੋਂ ਉਹਨੇ ਬਿਲ ਰੋਕ ਦਿੱਤੇ ਸਾਰੇ ਇਹ ਕਹਿ ਕੇ ਕਿ ਜਿਹੜਾ ਸੰਵਿਧਾਨ ਜਿਹੜਾ اجلاس ਕੀਤਾ मुख्यमंत्री ने विधानसभा ਦਾ ਉਹ اجلاس غیر ਸੰਵਿਧਾਨਿਕ ਉਹ ਵੀ معاملہ ਸੁਪਰੀਮ ਕੋਰਟ ਤੱਕ ਗਿਆ ਸੁਪਰੀਮ ਕੋਰਟ ਨੇ ਆਖਿਆ ਕਿ ਬਿੱਲਾਂ ਨੂੰ ਮਨਜ਼ੂਰੀ ਦਿਓ ਨਹੀਂ ਮਨਜ਼ੂਰੀ ਦੇਣੀ ਰੱਦ ਕਰਕੇ ਵਾਪਸ ਭੇਜੋ ਤੁਸੀਂ ਰੋਕਦੇ ਕਿਦਾਂ ਔਰ ਇਹ ਵੀ ਸਾਬਤ ਹੋ ਗਿਆ ਕਿ گورنر ਸਾਹਿਬ ਠੀਕ ਨਹੀਂ ਸੀ ਕਹਿੰਦੇ گورنر ਸਾਹਿਬ ਗਲਤ ਕਹਿੰਦੇ ਸੀ اجلاس ਸੰਵਿਧਾਨਿਕ ਸੀ ਉਹਨਾਂ ਦੇ ਅੜਕੇ ਗੈਰ ਸੰਵਿਧਾਨਿਕ ਸੀ ਇਹਦੇ ਬਾਅਦ ਜਦੋਂ ਇਲਾਕਿਆਂ ਦਾ ਦੌਰਾ ਕਰਨ ਜਾਂਦੇ ਸੀ ਤੇ ਉਹਨਾਂ ਦੇ ਹਰ ਦੌਰੇ ਨਾਲ ਹਰ ਵਾਰੀ ਇੱਕ ਨਵਾਂ ਵਿਵਾਦ ਜੁੜ ਜਾਂਦਾ ਸੀ ਕਿਉਂਕਿ ਉੱਥੇ ਜਾ ਕੇ ਇਹ ਵੀ ਕਹਿਣਾ ਸ਼ੁਰੂ ਕਰ ਦਿੰਦਾ ਸੀ ਜੇ ਤੁਹਾਡੀ ਕੋਈ ਗੱਲ ਨਹੀਂ ਸੁਣਦਾ ਤੇ ਮੈਨੂੰ ਸਿੱਧੀਆਂ ਸ਼ਿਕਾਇਤਾਂ ਭੇਜੋ ਚੁਣੀ ਹੋਈ ਸਰਕਾਰ ਦੇ ਹੁੰਦਿਆਂ ਕੋਈ ਗਵਰਨਰ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਮੈਨੂੰ ਸਰਕਾਰ ਦੇ ਖਿਲਾਫ ਸਰਕਾਰੀ ਅਧਿਕਾਰੀਆਂ ਜਾਂ ਕਿਸੇ ਹੋਰ ਗੱਲ ਬਾਰੇ ਮੈਨੂੰ ਇਸ ਦਾ ਸ਼ਿਕਾਇਤਾਂ ਸਿੱਧੀਆਂ ਭੇਜੋ ਸਾਫ ਦਿਸਦਾ ਸੀ ਕਿ ਕੇਂਦਰ ਵੱਲੋਂ ਉਹਨਾਂ ਨੂੰ ਇਸ ਗੱਲ ਦੀ ਚਾਬੀ ਲਾਈ ਗਈ ਹੈ ਕਿ ਤੁਸੀਂ ਪੰਜਾਬ ਦੀ ਸਰਕਾਰ ਦੇ ਖਿਲਾਫ ਫਾਈਲ ਤਿਆਰ ਕਰਨੀ ਹੈ ਕੱਲ ਨੂੰ ਕੋਈ ਕਾਰਵਾਈ ਕਰਨੀ ਪੈ ਸਕਦੀ ਹੈ ਮੁੱਖ ਮੰਤਰੀ ਦੇ ਖਿਲਾਫ ਉਹ ਹਰ ਗੱਲ ਨੂੰ ਬਹਾਨਾ ਬਣਾਉਂਦੇ ਸਨ ਇੱਕ ਦੋ ਮੌਕੇ ਆਏ ਜਦੋਂ ਮੁੱਖ ਮੰਤਰੀ ਤੇ ਉਹ ਦੋਵੇਂ ਜਣੇ ਇੱਕ ਦੂਸਰੇ ਨੂੰ ਜੱਫੀਆਂ ਪਾ ਕੇ ਵੀ ਮਿਲੇ ਦੋਵਾਂ ਨੇ ਇਹ ਪ੍ਰਭਾਵ ਦਿੱਤਾ ਕਿ ਅਸੀਂ ਹੁਣ ਬਿਲਕੁਲ ਠੀਕ ਠਾਕ ਹਾਂ ਕੋਈ ਗੱਲ ਨਹੀਂ ਪਰ ਅਗਲੇ ਦਿਨ ਹੀ ਉਹ ਪ੍ਰਭਾਵ ਟੁੱਟ ਜਾਂਦਾ ਸੀ ਹੁਣੇ ਨਵੇਂ ਗੁਰਦਰ ਸਾਹਿਬ ਆਏ ਮੁੱਢਾ ਪ੍ਰਭਾਵ ਚੰਗਾ ਚੰਗਾ ਸੀ ਕਿ ਪਿੱਛੇ ਜੋ ਹੋਇਆ ਸੋ ਹੋਇਆ ਤੇ ਅੱਗੇ ਤੋਂ ਕੋਈ ਅੜਿੱਕੇ ਨਹੀਂ ਪੈਣਗੇ ਜਦੋਂ ਇਹ ਲੱਗਦਾ ਸੀ ਕੋਈ ਅੜਿੱਕੇ ਨਹੀਂ ਪੈਣਗੇ ਖਬਰ ਆ ਗਈ ਆ ਕਿ ਉਹ ਬਾਰਡਰ ਦੇ ਇਲਾਕਿਆਂ ਦਾ ਦੌਰਾ ਕਰਨ ਜਾਣਗੇ ਬਾਰਡਰ ਦੇ ਇਲਾਕਿਆਂ 'ਚ ਸਮੱਸਿਆਵਾਂ ਬਹੁਤ ਨੇ ਇਹ ਕਹਿਣਾ ਗਲਤ ਹੋਵੇਗਾ ਕਿ ਪੰਜਾਬ ਦੀ ਸਰਕਾਰ ਨੇ ਸਾਰੀਆਂ ਸਮੱਸਿਆਵਾਂ ਹੱਲ ਕਰ ਲਈਆਂ ਤੇ ਇਹ ਵੀ ਕਹਿਣਾ ਗਲਤ ਹੋਵੇਗਾ ਕਿ ਕੱਲੇ ਪੰਜਾਬ 'ਚ ਸਮੱਸਿਆਵਾਂ ਨੇ ਬਾਰਡਰ ਦੇ ਇਲਾਕੇ ਦੀਆਂ ਸਮੱਸਿਆਵਾਂ ਜੰਮੂ ਕਸ਼ਮੀਰ ਵਿੱਚ ਵੀ ਨੇ ਸਾਡੇ ਇੱਕ ਪਾਸੇ ਦੂਜੇ ਪਾਸੇ ਰਾਜਸਥਾਨ ਤੇ ਗੁਜਰਾਤ ਵਿੱਚ ਵੀ ਨੇ ਜਿੱਥੋਂ ਦੇ ਪ੍ਰਧਾਨ ਮੰਤਰੀ ਖੁਦ ਆ ਉਹਨਾਂ ਸਮੱਸਿਆਵਾਂ ਬਾਰੇ ਬਾਰਡਰ ਦੇ ਲੋਕਾਂ ਨਾਲ ਗੱਲ ਕਰਨ ਜਾਣਾ ਗਵਰਨਰ ਸਾਹਿਬ ਜ਼ਰੂਰ ਜਾਣ ਬਸ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਉੱਥੇ ਜਾ ਕੇ ਖਬਰਾਂ ਬਣਾਉਣ ਦੇ ਖਾਤਰ ਕੋਈ ਉਲਟੀ ਸਿੱਧੀ ਟਿੱਪਣੀ ਨਾ ਕੀਤੀ ਜਾਵੇ ਕੋਈ ਇਹੋ ਜਿਹਾ ਬਿਆਨ ਨਾ ਦਿੱਤਾ ਜਾਵੇ ਜਿੱਦਾਂ ਦੇ ਬਿਆਨ ਪਿਛਲੇ ਗਵਰਨਰ ਸਾਹਿਬ ਦਿੰਦੇ ਹੁੰਦੇ ਸੀ ਤੇ ਹਰ ਵਾਰੀ ਕੋਈ ਨਾ ਕੋਈ ਨਵਾਂ ਵਿਵਾਦ ਸਿਰ ਜਾਂਦਾ ਸੀ ਸਰਕਾਰ ਜੇ ਥੋੜੀ ਜਿਹੀ ਰਾਮ ਨਾਲ ਚੱਲਣ ਲੱਗੀ ਆ ਤੇ ਚੱਲਣ ਦੇਣੀ ਚਾਹੀਦੀ ਆ ਅੜਿੱਕੇ ਪਾਇਆ ਫਿਰ ਕਿਸੇ ਪਾਸੇ ਕੋਈ ਗੱਲ ਲੱਗਦੀ ਨਹੀਂ ਤੇ ਲੋਕਾਂ ਦੇ ਕੰਮ ਫਸ ਜਾਂਦੇ ਆ ਉਹਦੇ ਉੱਤੇ ਦੋਵਾਂ ਤਰ੍ਹਾਂ ਨੂੰ ਬਚਣਾ ਚਾਹੀਦਾ ਹੁਣ ਗੱਲ ਅਕਾਲੀ ਸਿਆਸਤ ਦੀ ਕਰਨੀ ਹੈ ਹਾਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੂੰ ਪਨੂ ਸਾਬ ਨੂੰ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਪੁੰਦੜ ਸਾਹਿਬ ਦੀ ਇਸ ਜਦੋਂ ਇਹ ਨਿਯੁਕਤੀ ਹੁੰਦੀ ਹੈ ਉਸ ਤੋਂ ਬਾਅਦ ਵੀ ਲਗਾਤਾਰ ਇਹ ਗੱਲ ਚੱਲਦੀ ਰਹੀ ਕਿ ਇੱਕ ਪ੍ਰੈਸ਼ਰ ਹੇਟ ਇਹ ਜਿਹੜੀ ਨਿਯੁਕਤੀ ਆ ਹੋਈ ਹੈ ਪਨੂ ਸਾਹਿਬ ਹੁਣ ਉਹਨਾਂ ਦੇ ਸਲਾਹਕਾਰ ਦਰਬਾਰਾ ਸਿੰਘ ਗੁਰੂ ਹੋਰਾਂ ਨੂੰ ਨਿਯੁਕਤ ਕੀਤਾ ਗਿਆ ਤੇ ਇਸ ਨਿਯੁਕਤੀ ਤੇ ਵੀ ਹੁਣ ਵਿਵਾਦ ਖੜਾ ਹੋਇਆ ਇਸ ਵਿਵਾਦ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੇਰਾ ਖਿਆਲ ਹੈ ਜਾਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਆਪਣੇ ਸਿਰ ਨਾਲ ਸੋਚਦਾ ਨਹੀਂ ਤੇ ਸਲਾਹਕਾਰਾਂ ਦਾ ਉਹ ਸਲਾਹਕਾਰਾਂ ਦੀਆਂ ਦਿੱਤੀਆਂ ਸਲਾਹਾਂ ਜੜੀਆਂ ਨੇ ਉਹਨਾਂ ਦੇ ਮੁਤਾਬਕ ਬਿਨਾਂ ਸੋਚੇ ਤੁਰਿਆ ਜਾਂਦਾ ਜਾਂ ਫਿਰ ਇਹ ਆ ਕਿ ਆਪਣੇ ਕੋਲ ਸੋਚਣ ਵਾਲੀ ਗੱਲ ਹੀ ਨਹੀਂ ਹਰ ਗੱਲ ਸਲਾਹਾਂ ਦੇ ਕਹਿਣ ਤੇ ਕਰਦਾ ਤੇ ਪਿਛਲੇ ਤਜਰਬੇ ਦਾ ਉਹਨੂੰ ਕੋਈ ਚੇਤਾ ਹੀ ਨਹੀਂ ਕਿ ਕਿਛੇ ਪਿਛੇ ਕੀ ਵਾਪਰਿਆ ਕਈ ਗੱਲਾਂ ਇਹ ਖੁਦੀਆਂ ਜੜੀਆਂ ਸਾਡੇ ਵਰਗੇ ਲੋਕਾਂ ਨੂੰ ਪਤਾ ਤੇ ਇਹਦੇ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਦੀਆਂ ਪਰ ਜਿਹੜੇ ਬਲਵਿੰਦਰ ਸਿੰਘ ਪੁੰਦੜ ਹੋਣੀਆਂ ਉਹ ਤਾਂ ਸਾਡੇ ਤੋਂ ਵੀ ਪਹਿਲਾਂ ਦੇ ਆ ਰਾਜਨੀਤੀ ਵਿੱਚ ਉਹਨਾਂ ਨੂੰ ਤਾਂ ਪਤਾ ਉਹ ਦੱਸ ਸਕਦੇ ਆ ਸੁਖਬੀਰ ਸਿੰਘ ਬਾਦਲ ਨੂੰ ਕਿ ਛੋਟੇ ਬਾਦਲ ਸਾਹਿਬ ਆ ਫਲਾਣੀਆਂ ਫਲਾਣੀਆਂ ਗੱਲਾਂ ਗਲਤ ਜੇ ਇਹਦੇ ਨਾਲ ਰੜਕਾ ਪੈ ਜਾਣਾ ਮੇਰਾ ਖਿਆਲ ਇਹ ਆ ਕਿ ਜਿਹੜੀ ਗੱਲ ਵੱਡੇ ਬਾਦਲ ਸਾਹਿਬ ਦੇ ਹੁੰਦਿਆ ਸੀ ਕਿ ਕੋਈ ਜ਼ੁਰਤ ਨਹੀਂ ਸੀ ਕਰਦਾ ਛੋਟੇ ਬਾਦਲ ਦਾ ਰਸਤਾ ਕੱਟਣ ਦੀ ਅਕਾਲੀ ਦਲ ਜਿੰਨਾ ਕ ਬਚਿਆ ਖੁਚਿਆ ਵੱਡਾ ਸਤਾ ਬਾਹਰ ਤੁਰਿਆ ਫਿਰਦਾ ਜਿੰਨਾ ਕ ਬਜਿਆ ਖੁਚਿਆ ਅਕਾਲੀ ਦਲ ਆ ਉਦੇ ਵਿੱਚ ਵੀ ਪੰਜ ਚਾਰ ਸਲਾਹਕਾਰਾਂ ਤੋਂ ਬਿਨਾਂ ਕਿਸੇ ਦੀ ਗੱਲ ਸੁਖਬੀਰ ਸਿੰਘ ਬਾਦਲ ਸੁਣਦਾ ਨਹੀਂ ਜੇ ਸੁਣਦਾ ਹੋਵੇ ਤੇ ਦਰਬਾਰਾ ਸਿੰਘ ਗੁਰੂ ਨੂੰ ਇਹੋ ਜੀ ਥਾਂ ਤੇ ਨਿਯੁਕਤ ਨਹੀਂ ਸੀ ਕਰਨਾ ਚਾਹੀਦਾ ਉਹਨੂੰ ਪਤਾ ਕਿਸ ਗੱਲ ਦਾ ਰੌਲਾ ਕਿੰਨੀ ਵਾਰ ਪੈ ਚੁੱਕਾ ਨਕੋਦਰ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਪ੍ਰੋਟੈਸਟ ਕਰਦੀ ਭੀੜ ਦੇ ਉੱਤੇ ਗੋਲੀ ਚੱਲੀ ਚਾਰ ਜਣੇ ਮਾਰੇ ਗਏ ਸਨ ਸਰਕਾਰ ਤਾਂ ਉਹਦਾ ਸਰਜੀਤ ਸਿੰਘ ਬਰਨਾਲਾ ਦੀ ਸੀ ਦਰਬਾਰਾ ਸਿੰਘ ਗੁਰੂ ਉਸ ਵਕਤ ਅਫਸਰ ਸੀਗਾ ਪੰਜਾਬ ਸਰਕਾਰ ਦਾ ਔਰ ਅਫਸਰ ਹੁੰਦਿਆਂ ਇੱਥੇ ਜਲੰਧਰ ਦੇ ਵਿੱਚ ਸੀ ਤੇ ਉਹਦਾ ਨਾਂ ਇਹ ਲੱਗਦਾ ਕਿ ਉਸ ਵਕਤ ਆਰਡਰ ਦੇਣ ਵਾਲੇ ਚ ਸ਼ਾਮਲ ਸੀ ਉਹ ਸੀ ਕਿ ਨਹੀਂ ਸੀ ਸਾਨੂੰ ਨਹੀਂ ਪਤਾ ਪਰ ਉਹਦੇ ਉੱਤੇ ਲੈ ਕੇ ਚਰਚੇ ਨੇ ਫਿਰ ਉਹ ਉਸ ਵਕਤ ਤੇ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲੇ ਦੇ ਨਾਲ ਹੁੰਦਾ ਸੀ ਬਾਅਦ ਵਿੱਚ ਜਿਹੜੀ ਵੀ ਹਕੂਮਤ ਆਈ ਇਹ ਉੱਪਰਲੇ ਜਿਹੜੇ ਮਾਲਕ ਹੁੰਦਾ ਸੀ ਉਹਨਾਂ ਦੇ ਨੇੜੇ ਰਿਹਾ ਸ਼ਾਇਦ ਆਪਣੀ ਖਲ ਬਚਾਉਣ ਵਾਸਤੇ ਰਹਿੰਦਾ ਹੋਵੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤੇ ਇਹਨੇ ਬਹੁਤ ਨੇੜਤਾ ਬਣਾ ਲਈ ਫਿਰ ਉਹਨਾਂ ਵੱਲੋਂ ਮਿਲੇ ਟਿਕਟ ਦੇ ਉੱਤੇ ਇੱਕ ਵਾਰੀ ਪਾਰਲੀਮੈਂਟ ਚੋਣਾਂ ਵਿੱਚ ਲੜ ਚੁੱਕਾ ਤੇ ਹਾਰ ਚੁੱਕਾ ਇਸ ਬੰਤੇ ਦੇ ਬਾਰੇ ਵਿੱਚ ਬਹੁਤ ਕੁਝ ਸੋਚਣ ਦੀ ਲੋੜ ਸੀ ਇਹ ਸੋਚਿਆ ਨਹੀਂ ਗਿਆ হেরে ਚੁੱਕ ਕੇ ਤੇ ਉਹਦੇ ਨਾਲ ਲੱਤਾਂ ਗਿਆ ਬਲਵਿੰਦਰ ਸਿੰਘ ਭੁੰਦਰ ਦੇ ਕਿ ਬਲਵਿੰਦਰ ਸਿੰਘ ਭੁੰਦਰ ਨੂੰ ਵੀ ਆਪਣੇ ਨਾਲ ਕਿਸੇ ਸਲਾਹਕਾਰ ਦੀ ਲੋੜ ਹੈ ساری ਉਮਰ ਉਹਨੇ ਰਾਜਨੀਤੀ ਕੀਤੀ ਹੈ ਤੇ ਅੱਜ ਦੇ ਤਰੀਕ ਵਿੱਚ ਬਾਦਲ ਅਕਾਲੀ ਦਲ ਦੇ ਵਿੱਚ ਸਭ ਤੋਂ ਪੁਰਾਣਾ ਲੀਡਰ ਹੀ ਉਹ ਆ ਇਹਦਾ ਮਤਲਬ ਉਹਨੇ ਰਾਜਨੀਤਿਕ ਕੀਤੀ ਨਹੀਂ ਉਹ ਫਿਰ ਮਗਰ ਟਰਨ ਵਾਲਾ ਬੱਚਾ ਹੀ ਸੀਗਾ ਵੱਡੇ ਬਾਦਲ ਸਾਹਿਬ ਦੇ ਪਿੱਛੇ ਪਿੱਛੇ ਤੁਰੇ ਜਾਣ ਵਾਲਾ ਸੀ ਉਹਨੂੰ ਆਪ ਨੂੰ ਕੋਈ ਅਕਲ ਨਹੀਂ ਮੇਰੇ ਖਿਆਲ ਚੋ ਚਾਰ ਵਾਰ ਦੇ ਕਰੀਬ ਰਾਸਵਾਚੇ ਮੜਮੜ ਕੇ ਜਾਂਦਾ ਰਿਹਾ ਪੰਜਾਬ ਵਿੱਚ ਮੰਤਰੀ ਵੀ ਬਣਦਾ ਰਿਹਾ ਐਮਐਲਏ ਵੀ ਬਣਦਾ ਰਿਹਾ ਉਹਦੇ ਪਰਿਵਾਰ ਦੇ ਲੋਕ ਵੀ ਬਣਦੇ ਰਹੇ ਹੋਰ ਵੀ ਵੱਖ-ਵੱਖ ਅਹੁਦਿਆਂ ਤੇ ਰਿਹਾ ਜਿਹੜਾ ਬੰਦਾ ਇੰਨੀਆਂ ਪੋਜੀਸ਼ਨਾਂ ਤੇ ਰਹਿ ਚੁੱਕਾ ਹੋਵੇ ਦੋ ਹੀ ਗੱਲਾਂ ਜਾਂ ਤੌਨਾਂ ਪੋਜੀਸ਼ਨਾਂ ਦੇ ਉੱਤੇ ਰਹਿ ਕੇ ਵੀ ਉਹ ਨਿਆਬ ਕੁਝ ਨਹੀਂ ਕੀਤਾ ਜੋ ਪਰੋਂ ਹਾਈ ਕਮਾਂਡ ਦਾ ਹੁਕਮ ਆਉਂਦਾ ਸੀ ਮੱਖੀ ਤੇ ਮੱਖੀ ਮਾਰਦਾ ਰਿਆ ਜਾਂ ਇਹ ਆ ਕਿ ਅੱਜ ਦੀ ਤਰੀਕ ਵਿੱਚ ਵੀ ਵੱਡੇ ਬਾਦਲ ਸਾਹਿਬ ਤੇ ਹੈ ਨਹੀਂ ਹੁਣ ਉਹਨਾਂ ਦੇ ਦੋਸਤ ਮਿੱਤਰ ਜਿਹੜੇ ਆ ਉਹਨਾਂ ਤੇ ਭਰੋਸਾ ਕਰਨਾ ਕਿ ਨਹੀਂ ਕਰਨਾ ਇਹ ਛੋਟੇ ਬਾਦਲ ਨੂੰ ਵੇਖਣਾ ਪਊ ਕਿਤੇ ਛੋਟੇ ਬਾਦਲ ਸਲਾਹ ਕਰਾਂ ਨੇ ਇਹ ਤਾਂ ਨਹੀਂ ਕਹਿਤਾ ਕਿ ਤੁਸੀਂ ਤੇ ਅਕਾਲ ਤਖਤ ਸਾਹਿਬ ਦੀਆਂ ਪੇਸ਼ੀਆਂ ਭੁਗਤਦੇ ਪਏ ਪਤਾ ਨਹੀਂ ਜੇ ਕਲ ਨੂੰ ਅਕਾਲ ਤਖਤ ਸਾਹਿਬ ਨੇ ਤੁਹਾਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣ ਨੂੰ ਕਹਿਤਾ ਤੇ ਆ ਜਿਹੜਾ ਕਾਰਜਕਾਰੀ ਪ੍ਰਧਾਨ ਬਣਿਆ ਬੰਦੇ ਹੱਥਾਂ ਤੋਂ ਨਿਕਲ ਜਾਂਦੇ ਹੁੰਦੇ ਆ ਇਹ ਕਿਤੇ ਕਾਰਜਕਾਰੀ ਪ੍ਰਧਾਨ ਤੁਹਾਨੂੰ ਅੱਖਾਂ ਨਾ ਵਿਖਾਉਣ ਲੱਗ ਪਵੇ ਇਹ ਤੁਹਾਡੇ ਤੋਂ ਬਾਗੀ ਨਾ ਹੋ ਜਾਂਦਾ ਹੋਵੇ ਇਸ ਕਰਕੇ ਇਹਦੇ ਨਾਲ ਆਪਣਾ ਇੱਕ ਬੰਦਾ ਫਿੱਟ ਕਰੋ ਜਿਹੜਾ ਹਰ ਵਕਤੇ ਦੀਆਂ ਚਾਬੀਆਂ ਕੱਸ ਸਕੇ ਇਹਨੂੰ ਕੰਮ ਨਾ ਕਰਨ ਦੇਵੇ ਤੇ ਤੁਹਾਡੀ ਕਮਾਂਡ ਹਿੱਟ ਰੱਖੇ ਉਹਦੀ ਰਸਤਾ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਕੀਤੀ ਗਈ ਉਸ ਸੰਯੁਕਤੀ ਵੇਲੇ ਪਤਾ ਸੀ ਕਿ ਨਿਕੋਦਰ ਕਾਂਡ ਦਾ ਮੁੱਦਾ ਉੱਭਰ ਪਿਆ। ਅੱਜ ਕੁਝ ਸਿੱਖ ਜਥੇਬੰਦੀਆਂ ਨੇ ਤੇ ਜਿਹੜੇ ਚਾਰ ਨੌਜਵਾਨ ਉਹਦੋਂ ਮਾਰੇ ਗਏ ਸੀ, ਉਹਨਾਂ ਦੇ ਪਰਿਵਾਰਾਂ ਨੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਨਵੀਂ ਸ਼ਿਕਾਇਤ ਦਿੱਤੀ। ਉਸ ਨਵੀਂ ਸ਼ਿਕਾਇਤ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੂੰ ਵੀ ਪਹੁੰਚਾ ਦਿੱਤਾ। ਕੱਲ ਨੂੰ ਇਸ ਮੁੱਦੇ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੁੰਦਰ ਸਾਹਿਬ ਤੋਂ ਵੀ ਸੱਦ ਕੇ ਸਪਸ਼ਟੀਕਰਨ ਮੰਗਿਆ ਜਾ ਸਕਦਾ। ਕਿ ਇਹੋ ਜੇ ਵਿਵਾਦ ਵਿੱਚ ਫਸੇ ਹੋਏ ਬੰਦੇ ਨੇ ਤੁਸੀਂ ਆਪਣਾ ਸਲਾਹ ਕਰ ਲਾਇਆ ਤੇ ਕਿਦਾਂ ਲਾ ਲਿਆ ਕਿਸੇ ਨੇ ਸੁਖਬੀਰ ਤੋਂ ਬਾਦਲੂਣੀ ਪੁੱਛਣ ਜਾਣਾ ਕਿਤੇ ਇਹ ਤਾਂ ਨਹੀਂ ਸੁਖਬੀਰ ਤੋਂ ਬਾਦਲ ਦੇ ਨਾਲਦਿਆਂ ਨੇ ਆਖੇ ਹੋਵੇ ਕਿ ਆਪਾਂ ਤੇ ਫਸੇ ਫਸੇ ਇਹਨੂੰ ਵੀ ਬਹੁ ਫੜ ਕੇ ਨਾਲ ਲਪੇਟ ਲੋ ਦਰਬਾਰਾ ਸਿੰਘ ਗੁਰੂ ਤੇ ਅੱਗੇ ਵੀ ਫਸਿਆ ਹੋਰ ਫਸਜੂ ਕੀ ਫਰਕ ਪੈਂਦਾ ਇਹ ਜਿਹੜੀ ਸਲਾਹ ਕਿਸੇ ਨੇ ਦਿੱਤੀ ਆ ਕਿਦਾਂ ਦੇ ਸਲਾਹ ਕਰ ਜੇ ਸੁਖਬੀਰ ਸਿੰਘ ਬਾਦਲ ਦੇ ਨਾਲ ਲੱਗੇ ਰਹਿ ਜਿਹੜੀ ਅੱਗੇ ਕਸਰ ਰਹਿ ਗਈ ਆ ਨਾ 2017 ਚ 2022 ਚ ਤੇ 2024 ਚ ਮੇਰੇ ਖਿਆਲ 2024 ਮੁੱਕਣ ਤੋਂ ਪਹਿਲਾਂ ਕਬਿਲਾਂ ਕਢਵਾ ਕੇ ਹੀ ਛੱਡਣਗੇ ਜੀ ਪੰਨੂ ਸਾਹਿਬ ਪੰਜਾਬ ਦੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਤੇ ਉਹਨਾਂ ਦੇ ਪਤਨੀ ਆਈਪੀਐਸ ਜੋਤੀ ਯਾਦਵ ਹੋਰਾਂ ਦੇ ਕਈ ਤਰ੍ਹਾਂ ਦੇ ਦੋਸ਼ ਪੰਨੂ ਸਾਹਿਬ ਬੀਤੇ ਦਿਨਾਂ ਦੇ ਵਿੱਚ ਲੱਗੇ ਨੇ ਤੇ ਕੱਲ ਇੱਕ ਸਪਸ਼ਟੀਕਰਨ ਵੀ ਮੰਤਰੀ ਹਰਜੋਤ ਬੈਂਸ ਹੋਰਾਂ ਨੇ ਦਿੱਤਾ ਹੈ ਪੰਨੂ ਸਾਹਿਬ ਤੁਸੀਂ ਇਹਨਾਂ ਇਲਜ਼ਾਮਾਂ ਨੂੰ ਕਿਵੇਂ ਦੇਖਦੇ ਹੋ ਤੇ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਤੁਹਾਨੂੰ ਲੱਗਦੀ ਹੈ ਦੇਖੋ ਹਰਸਿਮਰ ਜੀ ਜਿੰਨਾ ਮੈਨੂੰ ਪਤਾ ਜਦੋਂ ਭਗਵੰਤ ਮਾਨ ਨੇ ਪੀਪਲਜ਼ ਪਾਰਟੀ ਖਤਮ ਹੋਣ ਤੋਂ ਬਾਅਦ ਇਧਰ ਨੂੰ ਮੂੰਹ ਕੀਤਾ ਆਮ ਆਦਮੀ ਪਾਰਟੀ ਨੂੰ ਪਹਿਲਾਂ ਬਹੁਤ ਸਾਰੀਆਂ ਝਕੋ ਤੱਕਾਂ ਵਿੱਚ ਸੀ ਕਿ ਮੈਂ ਇਹਦੇ ਵਿੱਚ ਸ਼ਾਮਲ ਹੋਵਾਂਗੇ ਨਾ ਉਹ ਤਾਂ ਪੀਪਲਜ਼ ਪਾਰਟੀ ਵਿੱਚ ਵੀ ਨਹੀਂ ਰਾਜਨੀਤੀ ਵਿੱਚ ਵੀ ਨਹੀਂ ਹਾਂ ਸਾ ਮਨਪ੍ਰੀਤ ਸਿੰਘ ਬਾਦਲ ਨੇ ਉਹਨੂੰ ਬਦੋ-ਬਦੀ ਘਰੋਂ ਖਿੱਚ ਕੇ ਲਿਆਂਦਾ ਸੀ ਜਦੋਂ ਭਗਵੰਤ ਮਾਨ ਰਾਜਨੀਤੀ 'ਚ ਆਇਆ ਤੇ ਅਗਲੇ ਦਿਨ ਇਹਨੂੰ ਫੋਨ ਦੇ ਉੱਤੇ ਕੁਝ ਸਮਝਾਉਣ ਦਾ ਕੁਝ ਧਮਕਾਉਣ ਦਾ ਯਤਨ ਕੀਤਾ ਗਿਆ ਉਸ ਵਕਤ ਦੀ ਸੱਤਾ ਦੇ ਕੇਂਦਰ ਉੱਤੇ ਜਿਹੜਾ ਦੂਸਰੇ ਨੰਬਰ ਦਾ ਮੁਖੀ ਸੀ ਉਹਦੇ ਵੱਲੋਂ ਇਹਨੇ ਫਿਰ ਭਗਵੰਤ ਮਾਨ ਨੇ ਗੁੱਸੇ 'ਚ ਆਖਿਆ ਕਿ ਮੈਂ ਤਾਂ ਅਜੇ ਤੱਕ ਸਿਰਫ ਹਾਂ ਹੀ ਕੀਤੀ ਹੈ ਪੀਪਲਸ ਪਾਰਟੀ 'ਚ ਆਉਣ ਵਾਸਤੇ ਅਜੇ ਮੈਂ ਆਇਆ ਤੇ ਹੈ ਨਹੀਂ ਜੱਕੋ ਤੱਕੇ ਸੰ ਪਰ ਜਿੱਦਾਂ ਦੇ ਤੁਸੀਂ ਦਬਕੇ ਮਾਰਦੇ ਹੋ ਤੁਸੀਂ ਸਮਝਦੇ ਆ ਮੈਂ ਪਿੱਛੇ ਮੁੜ ਜਾਊਂਗਾ ਉਹਨੇ ਨਾਲ ਹੀ ਕਿਹਾ ਤਾਂ ਲੈ ਫਿਰ ਉਹਨੂੰ ਤੁਸੀਂ ਮਾਰ ਲਓ ਦਬਕੇ ਤੇ ਮੈਂ ਕਰੂੰਗਾ ਰਾਜਨੀਤੀ ਆਪਾਂ ਰਾਜਨੀਤੀ ਦੇ ਮੈਦਾਨ ਵਿੱਚ ਹੀ ਮਿਲਾਂਗੇ ਫਿਰ ਉਸ ਰੀਕਾ ਮੰਗ ਉਹ ਸਾਹਮਣੇ ਖਲੋ ਗਿਆ ਹੌਲੀ ਹੌਲੀ ਉਹਨੇ ਇਸ ਪਰਿਵਾਰ ਨੂੰ ਧਮਕੜੇ ਪਾ ਦਿੱਤਾ ਤੇ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਪਰ ਜਦੋਂ ਭਗਵੰਤ ਮਾਨ ਪੰਜਾਬ ਦੀ ਰਾਜਨੀਤੀ ਚ ਆਇਆ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਉਸ ਵਕਤ ਦੀ ਮੈਂਬਰਸ਼ਿਪ ਦੀ ਪਰਚੀ ਹਰਜੋਤ ਸਿੰਘ ਬੈਂਸ ਨੇ ਕੱਟੀ ਸੀ ਇਹ ਗੱਲ ਮੈਨੂੰ ਉਹਨਾਂ ਦੀ ਲੀਡਰਸ਼ਿਪ ਤੋਂ ਕਿਤੇ ਪਤਾ ਲੱਗੀ ਸੀ ਅੱਜ ਦੇ ਮੰਤਰੀਆਂ ਦੇ ਵਿੱਚ ਹਰਜੋਤ ਸਿੰਘ ਬੈਂਸ ਠੀਕ ਹੈ ਮੰਤਰੀਆਂ ਦੇ ਉੱਤੇ ਦੋਸ਼ ਵੀ ਲੱਗਦੇ ਹੁੰਦੇ ਆ ਦੋਸ਼ਾਂ ਦੇ ਜਵਾਬ ਵੀ ਮੰਤਰੀ ਦਿੰਦੇ ਹੁੰਦੇ ਆ ਉਹ ਸਾਰਾ ਕੁਝ ਅਸੀਂ ਅੱਗੇ ਵੀ ਵੇਖਦੇ ਰਹੇ ਹੁਣ ਵੀ ਵੇਖੀ ਜਾਂਦੇ ਆ ਅੱਜ ਜਿਹੜੇ ਹੁਣ ਦੋਸ਼ ਲੱਗੇ ਪਿਛਲੇ ਦੋਸ਼ਾਂ ਨਾਲੋਂ ਵੱਧ ਸੀਰੀਅਸ ਨੇ ਪੁਲਿਸ ਦੀ ਮੁਲਾਜ਼ਮ ਇੱਕ ਕੁੜੀ ਸ਼ਾਇਦ ਉਹ ਇਨਸਪੈਕਟਰ ਰੈਂਕ ਦੀ ਆ ਉਹਨਾਂ ਨੇ ਹਰਜੋਤ ਸਿੰਘ ਬੈਂਸ ਤੇ ਉਹਨਾਂ ਦੀ ਪਤਨੀ ਜੋਤੀ ਜਾਦੂ ਦੇ ਉੱਤੇ ਦੋਸ਼ ਲਾਏ ਆ ਔਰ ਬਹੁਤ ਗੰਭੀਰ ਦੋਸ਼ ਨੇ ਅਸੀਂ ਜਦੋਂ ਤੇ ਦੋਸ਼ ਸੁਣਿਆ ਉਹਨਾਂ ਨੂੰ ਗੰਭੀਰਤਾ ਨਾਲ ਵਿਚਾਰਦੇ ਰਹੇ ਆ ਕੱਲ ਵੀ ਕੁਝ ਲੋਕਾਂ ਨੂੰ ਇਤਰਾਜ਼ ਸੀ ਕਿ ਤੁਸੀਂ ਉਹਦੀ ਗੱਲ ਕਰਦੇ ਕਿਉਂ ਨਹੀਂ ਮੈਂ ਜਾਣਬੁੱਝ ਕੇ ਨਹੀਂ ਸੀ ਕੀਤੀ ਕਿਉਂਕਿ ਅਸੀਂ ਉਹਦੇ ਬਾਰੇ ਡਿਟੇਲਸ ਇਕੱਠੀਆਂ ਕਰਦੇ ਪੈਸਾ ਜੀ ਅਸੀਂ ਅੱਜ ਵੀ ਅਜੇ ਨਹੀਂ ਸੀ ਕਰਨੀ ਚਾਹੁੰਦੇ ਕਿਉਂਕਿ ਡਿਟੇਲ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਹ ਬੜੀਆਂ ਕੰਟਰੋਵਰਸਲ ਨੇ ਉਸ ਬੀਬੀ ਦੇ ਚਿੱਠੀ ਇਲਜ਼ਾਮਾਂ ਦੀ ਸਿਖਰ ਤੱਕ ਜਾਂਦੀ ਹੈ ਹਰਜੋਤ ਬੈਂਸ ਤੇ ਜੋਤੀ ਜਾਦਵ ਦੂਆ ਦੇ ਖਿਲਾਫ ਪਰ ਹਰਜੋਤ ਬੈਂਸ ਦਾ ਆਪਣੇ ਵੱਲੋਂ ਸਪਸ਼ਟੀਕਰਨ ਵੀ ਆ ਗਿਆ ਜੋਤੀ ਯਾਦਵ ਸ਼ਾਇਦ ਸਪਸ਼ਟੀਕਰਨ ਇਸ ਕਰ ਕਰਨਾ ਦੇਵੇ ਕਿ ਜਿਹੜੇ ਸਰਕਾਰੀ ਅਫਸਰ ਹੁੰਦੇ ਆ ਇਹਨਾਂ ਦਾ ਡਿਸਪਲਿਨ ਇਹ ਕਹਿੰਦਾ ਕਿ ਜਨਤਕ ਤੌਰ ਤੇ ਉਹ ਜਿਉਂ ਸਫਾਈ ਦੇਣ ਵਾਸਤੇ ਅੱਗੇ ਨਹੀਂ ਆ ਸਕਦੇ ਪਰ ਜੋਤ ਬੈਂਸ ਦਾ ਸਪਸ਼ਟੀਕਰਨ ਆਪਣੀ ਥਾਂ ਅਗਲੀ ਗੱਲ ਇਹ ਆ ਕਿ ਮਾਮਲਾ ਉਥੋਂ ਦੇ ਐਸਐਸ ਨਗਰ ਤੇ ਚੰਡੀਗੜ੍ਹ ਮੁਹਾਲੀ ਤੇ ਪੰਚਕੂਲਾ ਦਾ ਟਰਾਈ ਸਿਟੀ ਹੈ ਉਦੇ ਨਾਲ ਜੁੜਿਆ ਉਥੇ ਇਹੋ ਜਿਹੇ ਵਿਵਾਦ ਉੱਠਦੇ ਆ ਜਿਨ੍ਹਾਂ 'ਚ ਇਹ ਫੈਸਲਾ ਕਰਨਾ ਬੜਾ ਔਖਾ ਹੁੰਦਾ ਆ ਸੱਚਾ ਕਿ ਉਹ ਸੱਚਾ ਪਿਛਲੇ ਸਮੇਂ 'ਚ ਮੁਹਾਲੀ ਵਿੱਚ ਕੁਝ ਪੁਲਿਸ ਅਫਸਰ ਫੜੇ ਗਏ ਦੋਸ਼ ਗੰਭੀਰ ਸਨ ਬਾਅਦ ਵਿੱਚ ਜਿਨ੍ਹਾਂ ਨੇ ਫੜਿਆ ਸੀ ਉਹਨਾਂ 'ਤੇ ਦੋਸ਼ ਲੱਗ ਗਏ ਤੇ ਪਹਿਲੇ ਦਿਨੋਂ ਵੱਧ ਗੰਭੀਰ ਲੱਗੇ ਇਦਾਂ ਹੀ ਸਿਆਸੀ ਲੀਡਰਾਂ ਦੇ ਉੱਤੇ ਕੇਸ ਬਣੇ ਜਿਨ੍ਹਾਂ 'ਤੇ ਕੇਸ ਬਣੇ ਦੋਸ਼ ਗੰਭੀਰ ਸਨ ਤੇ ਜਿਨ੍ਹਾਂ ਨੇ ਬਣਵਾਏ ਮੁੜ ਕੇ ਉਹਨਾਂ ਦੀ ਵਾਰੀ ਆ ਗਈ ਤੇ ਉਦੋਂ ਵੀ ਗੰਭੀਰ ਸਨ ਇਸ ਕਰਕੇ ਇੱਥੇ ਫੈਸਲਾ ਕਰਨਾ ਐਡੀ ਛਿੱਤੀ ਇਹ ਗੱਲ ਕਹਿਣਾ ਆ ਠੀਕ ਹੈ ਕਿ ਆ ਠੀਕ ਹੈ ਇਹ ਬਹੁਤ ਔਖਾ ਮੈਂ ਸਮਝਦਾ ਇਸ ਮਾਮਲੇ ਦੇ ਵਿੱਚ ਹਰਜੋਤ ਸਿੰਘ ਬੈਂਸ ਨੂੰ ਵੀ ਆਪਣਾ ਪੱਖ ਰੱਖਦਿਆਂ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਇੱਕ ਵਾਰੀ ਉਹਨੇ ਸਪੱਖਤਾ ਰੱਖਿਆ ਨਾਲੇ ਇੱਕ ਸਰਕਾਰ ਨੂੰ ਇਸ ਦੇ ਉੱਤੇ ਸਪਸ਼ਟ ਕਰਨੀ ਚਾਹੀਦੀ ਹੈ ਪਰ ਨਵੇੜਾ ਉਦੋਂ ਹੋਣਾ ਜਦੋਂ ਇਸ ਕੇਸ ਦੇ ਵਿੱਚ ਕੋਈ ਜਾਂਚ ਹੋਵੇਗੀ ਤੇ ਜਾਂਚ ਰਿਪੋਰਟ ਆਵੇਗੀ ਉਨਾ ਚਿਰ ਤੱਕ ਉਹ ਵੀ ਆਪਣੇ ਅਬਰੋ ਸੱਚਾ ਕਹਿਣੀ ਉਹ ਵੀ ਕਹਿਣਗੇ ਹੁਣ ਵੀ ਇੰਨੀਆਂ ਵਿਵਾਦਤ ਰਿਪੋਰਟਾਂ ਕਿ ਇੱਕਦਮ ਕੁਝ ਕਹਿ ਸਕਣਾ ਔਖਾ ਥੋੜੀ ਉਡੀਕ ਕਰਨੀ ਪਵੇਗੀ ਪੰਨੂ ਸਾਹਿਬ ਹੁਣ ਤੁਹਾਨੂੰ ਸਿੱਧਾ ਗਵਾਂਡੀ ਸੂਬੇ ਹਰਿਆਣਾ ਲੈ ਕੇ ਚੱਲਣਾ ਹੈ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਚੋਣਾਂ ਨੇ ਤੇ 8 ਅਕਤੂਬਰ ਨੂੰ ਨਤੀਜੇ ਆਉਣੇ ਨੇ ਨਾਮਜ਼ਦਗੀਆਂ ਦਾ ਦੌਰ ਵੀ ਹਰਿਆਣਾ ਦੇ ਵਿੱਚ ਸ਼ੁਰੂ ਹੋ ਚੁੱਕਿਆ ਪੰਨੂ ਸਾਹਿਬ ਕਾਂਗਰਸ ਤੇ ਭਾਜਪਾ ਦੋਵਾਂ ਨੇ ਹੀ ਆਪਣੀ ਪਹਿਲੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਭਾਜਪਾ ਨੇ 67 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਤੇ ਕਾਂਗਰਸ ਦੇ ਵੱਲੋਂ 32 ਉਮੀਦਵਾਰ ਜਿਹੜੇ ਹਜੇ ਐਲਾਨੇ ਗਏ ਨੇ ਪੰਨੂ ਸਾਹਿਬ ਇਹਨਾਂ ਦੋਨਾਂ ਪਾਰਟੀਆਂ ਨੇ ਜਿਹੜੀ ਟਿਕਟਾਂ ਦੀ ਵੰਡ ਕੀਤੀ ਹੈ ਇਸ ਟਿਕਟਾਂ ਦੀ ਵੰਡ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਵੇ ਕਾ ਨੂੰ ਕਹਿੰਨੀ ਤਾਨੂੰ ਹਰਿਆਣੇ ਲੈ ਕੇ ਚੱਲਣਾ ਇੱਥੇ ਕਿਹੜੀ ਸਾਡੀ ਸਿਆਸਤ ਵਿੱਚ ਚੰਗੀ ਹਾਲਤ ਹੈ ਕਿ ਮੈਂ ਇੱਥੇ ਪੂਰਾ ਨਹੀਂ ਭੁਗਤਿਆ ਤੇ ਕਸਰ ਰਿੰਦੀ ਕੱਢਣ ਵਾਸਤੇ ਹਰਿਆਣੇ ਤੱਕ ਜਾਵਾਂ ਜਿੱਦਾਂ ਦੀ ਸਾਡੀ ਸਿਆਸਤ ਹੈ ਗੰਧਲੀ ਹੋਈ ਪਈ ਹੈ ਜਿੰਨਾ ਗੰਧ ਇਹ ਪਿਆ ਹਰਿਆਣੇ ਚ ਇਹੋ ਚਵਾਨੀ ਵੱਧ ਪਿਆ ਫਿਰਦਾ ਇੱਥੇ ਵੀ ਚੰਗੀ ਗੱਲ ਕੋਈ ਕਿਸੇ ਪਾਸੇ ਉੱਤਰਦੀ ਹੋਵੇ ਤੇ ਮਾੜੇ ਬੰਦੇ ਸਾਰਿਆਂ ਪਾਸਿਆਂ ਤੋਂ ਉਹਦਾ ਵਿਰੋਧ ਕਰਦੇ ਆ ਹਰਿਆਣੇ ਵਿੱਚ ਵੀ ਉਹੋ ਹੀ ਆ ਇੱਥੇ ਵੀ ਕੋਈ ਪੀੜਤ ਹੋਵੇ ਤੇ ਉਸ سپੀਡ ਤਨੂੰ ਦੋਸ਼ੀ ਗਰਦਾਨਿਆਂ ਜਾਂਦਾ ਹਰਿਆਣੇ ਦੇ ਵਿੱਚ ਵੀ ਵਿਨੇਸ਼ ਫੋਗਟ ਦੇ ਖਿਲਾਫ ਜਿਸ ਦੀ ਬਕਵਾਸ ਕੀਤੀ ਜਾਣ ਲੱਗ ਪਈ ਹੈ ਮੈਨੂੰ ਦੁੱਖ ਹੋ ਰਿਹਾ ਸੁਣ ਕੇ ਇਹਦੇ ਤੋਂ ਇਲਾਵਾ ਜਿਹੜੀਆਂ ਲਿਸਟਾਂ ਨੇ ਹਰਿਆਣੇ ਚ ਪਹਿਲਾਂ ਭਾਜਪਾ ਦੀ ਲਿਸਟ ਆਈ ਉਹਨਾਂ ਦੇ 1 2 3 4 ਦਰਜਣ ਤੋਂ ਵੱਧ ਲੀਡਰ ਅਸਤੀਫੇ ਦੇ ਗਏ 2 ਘੰਟਿਆਂ ਦੇ ਅੰਦਰ ਹੀ ਰੌਲਾ ਪੈ ਗਿਆ ਕਿ ਜਿਹੜੇ ਦੁਸ਼ਯੰਤ ਚਟਾਲੇ ਦੇ ਬੰਦੇ ਆਏ ਜਿਹੜੇ ਕਾਂਗਰਸੀਆਂ ਤੋਂ ਖੋਏ ਆ ਉਹਨਾਂ ਨੂੰ ਸੀਟਾਂ ਛੱਡਣ ਵਾਸਤੇ ਇਹਨਾਂ ਨੇ ਆਪਣੇ ਬੰਦੇ ਜਿਹੜੇ ਆ ਉਹ ਉਹਨਾਂ ਨੂੰ ਨਾਰਾਜ਼ ਕਰ ਲਿਆ ਭਾਜਪਾ ਵੜਨ ਫਿਰ ਕਾਂਗਰਸ ਦੀ ਲਿਸਟ ਆਈ ਤੇ ਉਹ ਕੁਝ ਉਹਦੇ ਚ ਹੋ ਗਿਆ ਅਜੇ ਬਾਕੀ ਰਹਿੰਦੀਆਂ ਲਿਸਟਾਂ ਆਈਆਂ ਤਾਂ ਵੀ ਉਹ ਕੁਝ ਹੋਣਾ ਇਹਦੋਂ ਵੀ ਹੈਰਾਨੀ ਵਾਲੀ ਗੱਲ ਕਿ ਭਾਜਪਾ ਵੜਨ ਦੀ ਲਿਸਟ ਜਿਹੜੀ ਆ ਉਹਦੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਭਪਿੰਦਰ ਸਿੰਘ ਹੁੱਡਾ ਦੇ ਸਾਹਮਣੇ ਜਿਹੜੀ ਕੁੜੀ ਨੂੰ ਖੜੇ ਕੀਤਾ ਗਿਆ ਉਹ ਕੁੜੀ ਇੱਕ ਪੁਲਿਸ ਅਫਸਰ ਰਟਾਇਰਡ ਡੀਐਸਪੀ ਦੀ ਧੀ ਆ ਪਰ ਦੂਸਰਾ ਪੱਖ ਇਹ ਆ ਜੋ ਇੱਕ ਗੈਂਗਸਟਰ ਦੀ ਪਤਨੀ ਦੱਸੀ ਜਾਂਦੀ ਹੈ ਆਪ ਕਹਿੰਦੇ ਆ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਇਹਦਾ ਮਤਲਬ ਉਹ ਕਿ ਹਰਿਆਣੇ 'ਚ ਇਸ ਕਿਸਮ ਦੇ ਬਾਹੂ ਬਲੀ ਜਿਹੜੇ ਆ ਉਹਨਾਂ ਦੇ ਦਬਾਅ ਥੱਲੇ ਜ਼ਿਲ੍ਹਾ ਪ੍ਰੀਸ਼ਦ ਚੁਣੇ ਦੇਣ ਦੀ ਰਵਾਇਤ ਯੂਪੀ ਤੇ ਬਿਹਾਰ ਵਰਗੀ ਵੀ ਹੋ ਸਕਦੀ ਹੈ ਹੈ ਕਿ ਨਹੀਂ ਹੈ ਮੈਂ ਨਹੀਂ ਜਾਣਦਾ ਕਿਉਂਕਿ ਹਰਿਆਣੇ ਦੀ ਹਰ ਗੱਲ ਬਾਰੇ ਅਸੀਂ ਨਹੀਂ ਜਾਣਦੇ ਪਰ ਉਹ ਬੀਬੀ ਜਿਹੜੀ ਆ ਉਹਦੇ ਨੂੰ ਪੁੱਛਿਆ ਗਿਆ ਉਹਦੇ ਪਤੀ ਬਾਰੇ ਜੋ ਕਹਿੰਦੀ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਉਲਝਣਾ ਚੋਂ ਫਸ ਗਿਆ ਮੇਰੇ ਪਤੀ ਤੇ ਹੁਣ ਉਹ ਉਹਨਾਂ ਚੋਂ ਹੌਲੀ ਰੇ ਨਿਕਲਦੇ ਪਏ ਆ ਉਹ ਗੈਂਗਸਟਰ ਮਰਨ ਨੂੰ ਤਿਆਰ ਨਹੀਂ ਹਰਿਆਣੇ ਦੀ ਪੁਲਿਸ ਤੇ ਸਰਕਾਰ ਦਾ ਅਦਾਲਤਾਂ ਦਾ ਰਿਕਾਰਡ ਕਹਿੰਦਾ ਕਿ ਉਹ ਬੰਦਾ ਗੈਂਗਸਟਰ ਹੈ ਹੁਣ ਇਹੋ ਜਿਹਾ ਬੰਦਾ ਜਦੋਂ ਹੋਵੇ ਤੇ ਉਹਦੀ ਪਤਨੀ ਮੌਕਾ ਸਾਬਕਾ ਮੁੱਖ ਮੰਤਰੀ ਦੇ ਮੁਕਾਬਲੇ ਚੋਣ ਲੜਦੀ ਪਈ ਹੋਵੇ ਕੱਲ ਨੂੰ ਫਰਜ ਕਰੋ ਅਜੇ ਤਾਂ ਸਾਰਿਆਂ ਨੂੰ ਯਾਦਦਾ ਕਿ ਭੁਪਿੰਦਰ ਸਿੰਘ ਹੁੱਡਾ ਦਾ ਮੁਕਾਬਲਾ ਕਿਸੇ ਤੋਂ ਨਹੀਂ ਕੀਤਾ ਜਾਣਾ ਉਹ ਬਹੁਤ ਤਗੜਾ ਫਰਜ ਕਰੋ ਜਿਉ ਕੱਲ ਨੂੰ ਹਾਰ ਜਾਂਦਾ ਫਰਜ ਕਰੋ ਜੇ ਕੁੜੀ ਜਿੱਤ ਜਾਂਦੀ ਹੈ ਇਹਦਾ ਪ੍ਰਭਾਵ ਹਰਿਆਣੇ ਦੇ ਲੋਕਾਂ ਤੇ ਜਿਹੜਾ ਪੈਣਾ ਹੀ ਪੈਣਾ ਹਰਿਆਣੇ ਦੀ ਰਾਜਨੀਤੀ ਦਾ ਪ੍ਰਭਾਵ ਬਾਕੀ ਦੇਸ਼ ਤੇ ਕੀ ਪਊ ਤੇ ਜਿਹੜੀ ਪਾਰਟੀ 1980 ਚ ਚਾਲ ਚਰਿੱਤਰ ਚਿਹਰਾ ਤਿੰਨ ਚੱਤੇ ਵੱਖਰੇ ਲੈ ਕੇ ਅਟਲ ਬਿਹਾਰੀ ਵਾਜਪਾਈ ਲਾਲ ਕਿਸ਼ਨ ਅਡਵਾਨੀ ਜੇ ਰਾਜੇ ਸਿੰਧியா ਰਾਜਮਾਤਾ ਜਾਂ ਨਾਨਾ ਜੀ ਦੇਸ਼ਪੁਖੁਰਾ ਨੇ ਬਣਾਈ ਸੀ ਉਹ ਰਾਜਨੀਤੀ ਅੱਜ ਕਿਹੜੀ ਥਾਂ ਤੇ ਚਲੇਗੀ ਆ ਕਿ ਕਿਸੇ ਸਾਫਕਾ ਮੁੱਖ ਮੰਤਰੀ ਦਾ ਮੁਕਾਬਲਾ ਕਰਨ ਲਈ ਇੱਕ ਗੈਂਗਸਟਰ ਦੀ ਪਤਨੀ ਨੂੰ ਕਹਿੰਦੇ ਖੜਾ ਕੀਤਾ ਉਸ ਬੀਬੀ ਤੇ ਆਪਣੇ ਕੋਈ ਨਿੱਜੀ ਦੋਸ਼ ਹੋਣ ਮੈਨੂੰ ਸਾਰੀਆਂ ਲਿਸਟਾਂ ਚੋਂ ਕਿਤੇ ਨਹੀਂ ਲੱਭੇ ਕੋਈ ਉਹ ਜਿੰਨੀ ਮਰਜ਼ੀ ਚੰਗੀ ਹੋਵੇ ਉਹਦੇ ਪਤੀ ਦਾ ਪਿਛੋਕੜ ਜਿਹੜਾ ਉਹ ਚਰਚਾ ਦੇ ਵਿੱਚ ਉਹਦੇ ਟਿਕਟ ਮਿਲਦੇ ਆ ਸਾਰੇ ਆ ਗਿਆ ਇਹ ਹਰਿਆਣੇ ਦੀ ਰਾਜਨੀਤੀ ਵਾਸਤੇ ਇੱਕ ਤੱਬਾ ਬਣ ਸਕਦਾ ਉਹ ਬੀਬੀ ਜਿੱਥੇ ਵੀ ਜਾਊਗੀ ਉਹਦੇ ਅਕਸ ਦੇ ਨਾਲ ਨਾਲ ਇਹ ਤੱਬੇ ਤੁਰੇ ਜਾਣੇ ਮੇਰਾ ਖਿਆਲ ਇਹਦੇ ਤੋਂ ਭਾਜਪਾ ਬਚ ਸਕਦੀ ਸੀ ਨਹੀਂ ਬਚੀ ਤੇ ਉਹ ਬੀਬੀ ਕਹਿੰਦੀ ਮੈਂ ਪੁੱਪਾ ਦਰਸ ਸਿੰਘ ਹੁੱਡਾ ਵਾਸਤੇ ਵੀ ਧੀਆ ਵਰਗੀ ਆਂ ਮੈਂ ਅੰਕਲ ਤੋਂ ਅਸ਼ੀਰਵਾਦ ਲੈਣ ਜਾਣਾ ਲੈਣ ਦਿਓ ਅਸੀਂ ਤੇ ਇਨਾ ਕਹਿ ਸਕਦੇ ਆਂ ਜਿਉਂਦੀ ਵਸਦੀ ਰਹੇ ਜਿਹੜੇ ਮਰਜੀ ਹਾਲਾਤ ਹੋਣ ਹੱਸਦੀ ਰਹੇ ਜੀ ਪੰਨੂ ਸਾਹਿਬ ਜਲੰਧਰ ਦੇ ਵਿੱਚ 150 ਸਾਲ ਪੁਰਾਣਾ ਚਰਚ ਇੱਕ ਠੱਗ ਨੇ ਵੇਚ ਦਿੱਤਾ ਹੈ ਪੰਨੂ ਸਾਹਿਬ ਇਹ ਕਿਸ ਤਰੀਕੇ ਦੇ ਨਾਲ ਵੇਚਿਆ ਗਿਆ ਇਹ ਇਹ ਕਿੱਦਾਂ ਮਮਕਨ ਹੋ ਸਕਿਆ ਦੇਖੋ ਜਿਹੜੇ ਚਰਚ ਦੀ ਗੱਲ ਚੱਲਦੀ ਆ ਇਹ ਸ਼ਾਇਦ 1998 ਜਾਂ 99 ਦੀ ਗੱਲ ਹੈ ਮੈਂ ਬਟਾਲੇ ਦੇ ਬੇਰੰਕਾਰਿਸ ਤੋਂ ਵਾਪਸ ਆਉਣ ਲੱਗਾ ਇੱਕ ਫੰਕਸ਼ਨ ਤੋਂ ਤੇ ਉਹਨਾਂ ਨੇ ਇੱਕ ਬਜ਼ੁਰਗ ਲੇਡੀ 크ਰਿਸਚੀਅਨ ਸੀ ਉਹ ਉਹਨਾਂ ਦੇ ਚਰਚ ਦੀ ਕਾਫੀ ਵੱਡੀ ਅਹੁਦੇਦਾਰ ਸੀ ਉਹਨੇ ਆਖਿਆ ਤੁਸੀਂ ਨਾਲ ਲੈ ਆ ਮੈਂ ਗੱਡੀ ਤੇ ਲੈ ਆ ਉਹ ਸਾਡੇ ਮਾਵਾ ਵਰਗੀ ਸੀ ਕਹਿੰਦੀ 2 ਮਿੰਟ ਚਰਚ ਵਿੱਚ ਹੋ ਕੇ ਜਾਓ ਅਸੀਂ ਚਲੇ ਗਏ ਮੈਂ ਚਰਚ ਵੇਖਿਆ ਬਹੁਤ ਲੰਬਾ ਚੌੜਾ ਏਰੀਆ ਉਹਦੇ ਅੰਦਰ ਤੇ ਬੜਾ ਸ਼ਾਨਦਾਰ ਯੂਰਪੀਅਨ ਕਿਸਮ ਦਾ ਮਕਾਨ ਉਹਦੇ ਵਿੱਚ ਬਣਿਆ ਹੋਇਆ ਸੀ ਚਰਚ ਵੀ ਬਣਿਆ ਹੋਇਆ ਸੀ ਅੱਛਾ ਉਹ ਹੁਣ ਜਦੋਂ ਪਤਾ ਲੱਗਾ ਕਿ 150 ਸਾਲ ਪੁਰਾਣਾ ਸਿਆਦਿਤ ਤੋਂ ਵੀ ਪੁਰਾਣਾ ਉਹ ਚਰਚ ਵੇਚ ਦਿੱਤਾ ਗਿਆ ਤੇ ਮੈਂ ਇੱਕਦਮ ਉਹਦੀਆਂ ਰਿਪੋਰਟਾਂ ਪੜ੍ਹੀਆਂ ਇੱਥੇ ਇੱਕ ਸੀਐਨਆਈ ਹੁੰਦੀ ਸੀ ਚਰਚੌਕ ਨਾਰਥ ਇੰਡੀਆ ਉਹਦੇ ਨਾਂ ਤੇ 2-3 ਸੀਐਨਆਈ ਬਣ ਗਈਆਂ ਕੋਈ ਯੂਨਾਈਟਿਡ ਸੀਐਨਆਈ ਬਣ ਗਈ ਕੁਝ ਇਹ ਕੋਈ ਬੰਦਾ ਲੁਧਿਆਣੇ ਚ ਰਿੰਦਾ ਜਾਰਡਨ ਨਾਂ ਦਾ ਉਹਨੇ ਚੁੱਕ ਕੇ ਕਿਸੇ ਬੰਦੇ ਨਾਲ ਸੌਦਾ ਕਰ ਲਿਆ ਕਿ ਇਸ ਚਰਚ ਦੀ ਮਾਲਕੀ ਸਾਡੀ ਕਮੇਟੀ ਕੋਲ ਆ ਤੇ ਮੈਂ ਕਾਰ ਮੁਖਤਾਰ ਹਾਂ ਤੇ ਮੈਂ ਵੇਚਦਾ ਸੌਦਾ ਕਿੰਨੇ ਦਾ ਹੋਇਆ ਇਹ ਤਾਂ ਰਿਪੋਰਟ ਅਜ ਨਹੀਂ ਆਈਆਂ ਇਹ ਪਤਾ ਲੱਗਾ ਕਿ ਬਿਆਨਾ ਜਿਹੜਾ ਐਡਵਾਂਸ ਦੇ ਤੌਰ ਤੇ ਉਹਨੇ 5 ਕਰੋੜ ਰੁਪਏ ਲੈ ਲਏ ਚਰਚ ਇਹੋ ਜੀ ਥਾਂ ਤੇ ਆ ਜਿੱਥੇ 1 ਕਰੋੜ ਰੁਪਿਆ ਮਰਲੇ ਦੇ ਹਿਸਾਬ ਨਾਲ ਛੱਟਪਟ ਮਿਲ ਸਕਦਾ ਸ਼ਾਇਦ ਉਹ ਚਾਰ ਕਨਾਲ ਦੇ ਕਰੀਬ ਥਾਂ ਆ ਚਾਰ ਕਨਾਲ ਦਾ ਮਤਲਬ ਕਿ 80 ਮਰਲੇ ਤੇ ਇਤੋਂ ਤੇ ਵਾਧੇ ਹੋ ਸਕਦਾ ਏਡੀ ਵੱਡੀ ਥਾਂ ਜਿਹੜੀ ਉਹ ਵੇਚ ਗਿਆ ਵਿਖ ਜਾਣ ਤੋਂ ਬਾਅਦ ਉਹਦੀ ਸ਼ਿਕਾਇਤ ਹੋਈ ਫਿਰ ਰਜਿਸਟਰੀ ਰੋਕੀ ਆ ਜਿਹੜਾ 5 ਕਰੋੜ ਉਹਨੇ ਐਡਵਾਂਸ ਲਿਆ ਉਸ ਤੋਂ ਬਾਅਦ ਉਹ ਲਵਦਾ ਨਹੀਂ ਤੇ ਪਤਾ ਇਹ ਲੱਗਾ ਕਿ ਇਦਾਂ ਦਾ ਸੌਦਾ ਉਹ ਇੱਕ ਵਾਰੀ ਸਹਾਰਨਪੁਰ ਉੱਤਰ ਪ੍ਰਦੇਸ਼ ਵਿੱਚ ਵੀ ਮਾਰ ਚੁੱਕਾ ਉੱਥੇ ਵੀ ਇਸੇ ਤਰ੍ਹਾਂ ਦਾ ਇੱਕ ਪੁਰਾਣਾ ਚਰਚ ਵੇਚ ਕੇ ਪੈਸੇ ਉਹਨੇ ਕਮਾਏ ਤੇ ਖਿਸਕਾਇਆ ਸੀ ਹੁਣ ਲੁਧਿਆਣੇ ਆ ਲੁਧਿਆਣੇ ਵਿੱਚ ਬੈਠੇ ਨੇਥੋਂ ਵਾਲੇ ਚਰਚ ਦਾ ਸੌਦਾ ਕਰ ਲਿਆ ਇੱਥੋਂ ਖਿਸਕ ਜਾਵੇਗਾ ਫਿਰ ਉਹਦੇ ਤੋਂ ਬਾਅਦ ਕਿਸੇ ਦੂਸਰੇ ਰਾਜ ਵਿੱਚ ਟਿਕ ਕੇ ਕੋਈ ਇਹੋ ਜਿਹਾ ਗਾਹਕ ਲੱਭੇਗਾ ਉੱਥੋਂ ਦੇ ਕਿਸੇ ਚਰਚ ਦਾ ਸੌਦਾ ਕਰੇਗਾ ਉਹਦੇ ਚੋਂ ਪੈਸੇ ਕਮਾਵੇਗਾ ਤੇ ਅੱਗੇ ਖਿਸਕ ਜਾਵੇਗਾ ਪੁਰਾਣੇ ਬਾਬੇ ਕਹਿੰਦੇ ਹੁੰਦੇ ਸੀ ਗੁਜ਼ਾਰੇ ਇਦਾਂ ਹੀ ਚੱਲਦੇ ਆ ਚੋਰਾਂ ਦੇ ਕਿੜੇ ਹਲ ਵਗਦੇ ਆ ਹੁਣ ਮੈਨੂੰ ਇਹ ਸਮਝ ਲੱਗਦੀ ਪਈ ਆ ਕਿ ਬਾਬੇ ਠੀਕ ਤੇ ਕਹਿੰਦੇ ਹੁੰਦੇ ਸੀ ਕਿਉਂਕਿ ਚੋਰਾਂ ਦੇ ਕਿੜੇ ਹਲ ਵਗਦੇ ਆ ਉਹਨਾਂ ਨੇ ਇਦਾਂ ਹੀ ਗੁਜ਼ਾਰੇ ਚੱਲਣੇ गुजारे नी ਇਹ ਤਾਂ ਹੁਣ ਐਸ਼ ਕਰਨ ਵਾਲੀ ਗੱਲ ਆ ਜਿਹੜੀ ਏ ਠੱਗ ਚੋਰ ਕਰਦੇ ਪਏ ਜੀ ਬਿਲਕੁਲ ਠੀਕ ਹੈ ਪੰਨੂ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਖਬਰਾਂ ਤੇ ਚਰਚਾ ਕੀਤੀ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਐਨਆਈ ਇਸ ਪ੍ਰੋਗਰਾਮ ਸੰਬੰਧੀ ਆਪਣੇ ਸੁਝਾਅ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਫਿਲਹਾਲ ਮੈਨੂੰ ਹਰ ਸਿਮਰਨ ਕੌਰ ਨੂੰ ਦੇਵ ਇਜਾਜ਼ਤ ਦੇਖਦੇ ਰਹੋ ਪ੍ਰਾਈਮ ਇਸ਼ਿਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ